ਆਹੋ ਜਿੰਨੀ ਹੈਗੀ ਅੱਜ ਤੁਹਾਡੇ ਗ੍ਰਹਿ ਵਿਖੇ ਮੀਟਿੰਗ ਹੋਈ ਆ ਅਤੇ ਤੁਹਾਨੂੰ ਉਹਦੇ ਦਾਰ ਵੀ ਦਿੱਤੀ ਗਈ ਆ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਵਾਂ ਪ੍ਰਧਾਨ ਸੁਖਵੀਰ ਸਾਹਿਬ ਦਾ, ਉਸ ਤੋਂ ਬਾਅਦ ਮਛਿੰਦਰ ਸਿੰਘ ਗਰੇਵਾਲ ਸਾਹਿਬ ਦਾ, ਕਿਉਂਕਿ ਲੁਧਿਆਣਾ ਲੈਵਲ ਤੋਂ ਸ਼ੁਰੂ ਕਰਕੇ ਡੰਗ ਸਾਹਿਬ ਨੇ ਪਹਿਲਾਂ ਅਹੁਦੇਦਾਰੀ ਦਿੱਤੀ ਸੀ, ਉਸ ਤੋਂ ਬਾਅਦ ਪੰਜਾਬ ਲੈਵਲ 'ਤੇ ਆਇਆ, ਹੁਣ ਸਰਦਾਰ ਮਛਿੰਦਰ ਸਿੰਘ ਗਰੇਵਾਲ ਸਾਹਿਬ ਨੇ ਮੈਨੂੰ ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਲਗਾਇਆ ਅਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ। ਅਤੇ ਨਾਲ ਹੀ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਸਾਡੇ ਗ੍ਰਹਿ ਵਿਖੇ ਆਏ ਸੀ, ਮੈਂ ਸਾਰੇ ਹੀ ਦੋਸਤਾਂ ਨੇ ਇੱਕ ਉਹਨਾਂ ਨੂੰ ਪ੍ਰੋਮਿਸ ਕੀਤਾ ਵੀ ਜਿੰਨੇ ਵੀ ਇੱਥੇ ਸਾਡੇ ਮੁਹੱਲੇ ਨਿਵਾਸੀ ਨੇ ਅਤੇ ਮੇਰੇ ਦੋਸਤ ਆਏ ਕਿ ਅਸੀਂ ਉਹਨਾਂ ਨੂੰ MP ਦੇ ਇਲੈਕਸ਼ਨਾਂ 'ਚ ਜਿਤਾਵਾਂਗੇ, ਕਿਉਂਕਿ ਬਹੁਤ ਚੰਗੀ ਛਵੀ ਦੇ ਮਾਲਕ ਨੇ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ। ਸਰ, ਹੋਰ ਵੀ ਅਲੱਗ ਅਲੱਗ ਪਾਰਟੀ ਦੇ ਕੈਂਡੀਡੇਟ ਖੜ੍ਹੇ ਆ, ਕਿਸ ਤਰ੍ਹਾਂ ਦੀ ਅਕਾਲੀ ਦਲ ਲੋਕਾਂ ਦੇ ਕਿਹੜੇ ਮੁੱਦਿਆਂ 'ਤੇ ਵੋਟਾਂ ਮੰਗਦੇ? ਦੇਖੋ ਜੀ, ਕੈਂਡੀਡੇਟ ਤਾਂ ਹਰੇਕ ਪਾਰਟੀ ਨਾਲ ਖੜ੍ਹਿਆ ਵਾ, ਪਰ ਤੁਸੀਂ ਇਹ ਦੇਖੋ ਕਿਹੜਾ ਆਪਣਾ ਹੁਣ BJP ਦਾ ਕੈਂਡੀਡੇਟ ਆ, ਉਹ ਕਾਂਗਰਸ ਤੋਂ ਆਇਆ ਵਾ, ਆਪਣੇ ਪਰਸਨਲ ਮੋਟਿਵ ਲਈ ਉਹਨੇ ਕਾਂਗਰਸ ਪਾਰਟੀ ਛੱਡ ਤੀ ਇੰਨੇ ਸਾਲ ਰਹਿ ਕੇ ਕਿ ਇੱਕ ਮੇਰੀ ਜੈੱਡ ਸਿਕਿਉਰਿਟੀ ਨਾ ਚੱਲ ਜਾਵੇ। ਦੈਨ ਆਫਟਰ ਆਪ ਦਾ ਤੁਸੀਂ ਗ੍ਰਾਫ ਦੇਖ ਹੀ ਚੁੱਕੇ ਹੋ, ਦਿਨ ਬ ਦਿਨ ਕੀ ਬੰਦਾ ਪਿਆ ਵਾ, ਨਾ ਤਾਂ ਉਹ ਕੋਈ ਆਪਣਾ ਪ੍ਰੋਮਿਸ ਪੂਰੇ ਕਰਦੇ ਆ, ਨਾ 1000 ਰੁਪਇਆ ਦੇ ਰਹੇ ਨੇ, ਨਾ ਜਿਹੜੇ ਉਹਨਾਂ ਨੇ ਕੰਮਾਂ ਦਾ ਵਾਅਦਾ ਕੀਤਾ ਸੀ ਨਾ ਉਹ ਪੂਰਾ ਕਰਦੇ ਪਏ ਨੇ, ਕਿਉਂਕਿ ਕੇਜਰੀਵਾਲ ਦੇ ਹੱਥ 'ਚ ਰਿਮੋਟ ਆ, ਤੁਸੀਂ ਸੋਚ ਹੀ ਸਕਦੇ ਹੋ ਦਿੱਲੀ ਤੋਂ ਜਾ ਕੇ ਕੰਮ ਕਰਾਇਆ ਕਰੂੰਗੇ। ਇੱਕ ਆਪਣਾ ਇਹੀ ਕੈਂਡੀਡੇਟ ਆ ਜਿਹੜਾ ਕਿ ਲੋਕਲ ਆ, ਲੋਕਲ MLA ਰਹਿ ਚੁੱਕਾ ਕਾਂਗਰਸ ਦਾ ਜੀ, ਰਾਜਾ ਵੜਿੰਗਾ, ਉਹ ਤਾਂ ਬਾਹਰੋਂ ਆਇਆ ਵਾ ਪੈਰਾਸ਼ੂਟ ਦੇ ਥਰੂ, ਅਤੇ ਤੁਸੀਂ ਸੋਚ ਸਕਦੇ ਹੋ ਲੋਕਲ ਕੈਂਡੀਡੇਟ ਨੂੰ ਆਪਾਂ ਵੋਟ ਪਾਉਣੀ ਚਾਹੀਦੀ ਹੈ, ਕਿਉਂਕਿ ਕੰਮ ਆਪਣੇ ਲੋਕਲ ਲੈਵਲ ਦੇ ਹੀ ਹੈ ਅਤੇ ਲੋਕਲ ਪਰਸਨ ਹੀ ਸਮਝ ਕੇ ਕਰਾ ਸਕਦਾ ਵਾ। ਵੋਟਰਾਂ ਨੂੰ ਕੀ ਮੈਸੇਜ ਕਰਦੇ? ਮੈਂ ਇਹੀ ਮੈਸੇਜ ਕਰਨਾ ਚਾਹੁੰਦਾ, ਮੈਂ ਇਹ ਨਹੀਂ ਕਹਿੰਦਾ ਕੋਈ ਪਾਰਟੀ ਮਾੜੀ ਆ, ਪਰ ਹੁੰਦੀ ਵਾਰ ਤੁਸੀਂ ਵੋਟ, ਕਿੱਦਾਂ ਪਿਛਲੀ ਵਾਰ ਆਪਣੇ MLA ਦੇ ਇਲੈਕਸ਼ਨਾਂ 'ਚ ਇੱਕ ਹਵਾ ਦੇ ਥਰੂ ਸਾਰਿਆਂ ਨੇ ਜੀ ਝਾੜੂ ਨੂੰ ਵੋਟ ਪਾਉਣੀ ਆ, ਝਾੜੂ ਨੂੰ ਵੋਟ ਪਾਉਣੀ ਆ ਪਾ ਦਿੱਤੀ, ਪਰ ਹੁੰਦੀ ਵਾਰ ਇੱਦਾਂ ਨਾ ਕਰੋ। ਤੁਸੀਂ ਸਰਵੇ ਕਰਕੇ ਦੇਖੋ ਕਿ ਸਹੀ ਆ ਕਿ ਗਲਤ ਆ। ਮੈਂ ਨਹੀਂ ਕਹਿੰਦਾ ਮੈਨੂੰ ਪਰਟੀਕੁਲਰ ਸਾਡੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਓ, ਸਹੀ ਕੈਂਡੀਡੇਟ ਨੂੰ ਵੋਟ ਪਾਓ, ਸਹੀ ਵੋਟ ਪਾਓਗੇ ਤੁਹਾਡੇ ਬੱਚਿਆਂ ਦਾ ਭਵਿੱਖ ਬਣੂਗਾ, ਨਹੀਂ ਹੈਲਥ ਸਿਸਟਮ ਸਹੀ ਹੋਊਗਾ, ਕਰਪਸ਼ਨ ਘਟੂਗੀ।